ਵਾਹੇ ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ 'ਤੇ ਸਵਾਗਤ ਹੈ ਜੀ। ਅੱਜ ਅਸੀਂ ਰਾਗ ਬਸੰਤ ਸਿੱਖਾਂਗੇ। ਉਸ ਤੋਂ ਪਹਿਲਾਂ ਰਾਗ ਬਸੰਤ ਬਾਰੇ ਕੁਝ ਮੁੱਢਲੀ ਜਾਣਕਾਰੀ ਲੈ ਲਈਏ। ਰਾਗ ਬਸੰਤ ਨੂੰ ਸਭ ਤੋਂ ਸ੍ਰੇਸ਼ਟ ਰੁੱਤ ਸਵੀਕਾਰਦੇ ਹਾਂ। ਇਸ ਨੂੰ ਰਿਤੂ ਰਾਜ ਕਿਹਾ ਜਾਂਦਾ ਹੈ। ਜਿੱਥੇ ਬਸੰਤ ਵਿੱਚ ਚਾਰੇ ਪਾਸੇ ਖੇੜਾ ਮਿਲਦਾ ਹੈ, ਉੱਥੇ ਹੀ ਬਸੰਤ ਰਾਗ ਗਾਇਨ ਨਾਲ ਮਨ ਨੂੰ ਵੀ ਖੇੜਾ ਮਿਲਦਾ ਹੈ। ਕਬੀਰ ਜੀ ਫਰਮਾਉਂਦੇ ਹਨ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਬਨਸਪਤ ਮੌਲੀ ਚੜਿਆ ਬਸੰਤ। ਬਸੰਤ ਦੇ ਦਿਨਾਂ ਵਿੱਚ ਭਾਵ ਮਾਘੀ ਤੋਂ ਹੀ ਹਰ ਦੀਵਾਨ ਵਿੱਚ ਕੀਰਤਨ ਦੀ ਸਮਾਪਤੀ ਅਤੇ ਕੀਰਤਨ ਦੀ ਸ਼ੁਰੂਆਤ ਵਿੱਚ ਰਾਗ ਬਸੰਤ ਵਿੱਚ ਇੱਕ ਸ਼ਬਦ ਪੜਿਆ ਜਾਂਦਾ ਹੈ ਅਤੇ ਉਸ ਤੋਂ ਉਪਰੰਤ ਬਸੰਤ ਕੀ ਵਾਰ ਦਾ ਕੀਰਤਨ ਹੁੰਦਾ ਹੈ। ਹੋਲੇ ਮੁਹੱਲੇ ਤੱਕ ਵਾਰ ਪੜ੍ਹੀ ਜਾਂਦੀ ਹੈ। ਕਹਿੰਦੇ ਹਨ, ਜਿਸ ਨੇ ਬਸੰਤ ਕੀ ਵਾਰ ਗਾਇਨ ਕਰ ਲਈ ਹੈ ਉਹ ਸਦਾ ਉਮਾਹ ਵਿੱਚ ਰਹਿੰਦਾ ਹੈ। ਆਓ ਬਸੰਤ ਰਾਗ ਦੇ ਵਿਵਰਣ ਬਾਰੇ ਜਾਣਕਾਰੀ ਲੈ ਲਈਏ। ਰਾਗ ਹੈ ਬਸੰਤ, ਇਸਦੀ ਥਾਟ ਹੈ ਬਿਲਾਵਲ, ਇਸਦਾ ਵਾਦੀ ਸਵਰ ਹੈ ਸ਼ੜਜ ਯਾਨੀ ਕਿ ਸਾ, ਸੰਵਾਦੀ ਸਵਰ ਹੈ ਮੱਧਿਅਮ ਯਾਨੀ ਕਿ ਮਾ। ਇਸ ਰਾਗ ਦੀ ਜਾਤੀ ਹੈ ਓੜਵ ਸੰਪੂਰਨ ਯਾਨੀ ਕਿ ਅਰੋਹ ਵਿੱਚ 5 ਸਵਰ ਲੱਗਣੇ ਹਨ, ਸੰਪੂਰਨ ਅਵਰੋਹ ਵਿੱਚ ਸੰਪੂਰਨ 7 ਦੇ 7 ਸਵਰ ਲੱਗਣੇ ਹਨ। ਇਸ ਵਿੱਚ ਲੱਗਣ ਵਾਲੇ ਸਵਰ ਸਾਰੇ ਸ਼ੁੱਧ ਸਵਰ ਹਨ। ਅਰੋਹ ਵਿੱਚ ਰੇ ਅਤੇ ਪੰਚਮ ਵਰਜਿਤ ਹੈ ਯਾਨੀ ਕਿ ਰੇ ਅਤੇ ਪਾ ਅਰੋਹ ਵਿੱਚ ਨਹੀਂ ਲੱਗਣਾ ਹੈ, ਅਵਰੋਹ ਵਿੱਚ ਲੱਗਣੇ ਹਨ। ਇਸ ਨੂੰ ਗਾਉਣ ਦਾ ਸਮਾਂ ਹੈ ਦਿਨ ਦਾ ਦੂਸਰਾ ਪਹਿਰ। ਬਸੰਤ ਰੁੱਤ ਦੇ ਵਿੱਚ ਇਸ ਨੂੰ ਆਪਾਂ ਕਿਸੇ ਵੀ ਸਮੇਂ ਗਾਇਨ ਕਰ ਸਕਦੇ ਹਾਂ ਜਾਂ ਵਜਾ ਵੀ ਸਕਦੇ ਹਾਂ। ਆਓ ਰਾਗ ਬਸੰਤ ਦੇ ਅਰੋਹ ਅਵਰੋਹ ਅਤੇ ਪਕੜ ਆਪਾਂ ਹੁਣ ਹਾਰਮੋਨੀਅਮ 'ਤੇ ਵਜਾ ਕੇ ਦੇਖਦੇ ਹਾਂ ਕਿਸ ਤਰ੍ਹਾਂ ਵੱਜਣੇ ਹਨ। ਮੰਦਰ ਸਪਤਕ ਦੇ ਪਹਿਲੇ ਕਾਲੇ ਤੋਂ ਆਪਾਂ ਇਸਦੇ ਅਰੋਹ ਅਵਰੋਹ ਦੇਖਾਂਗੇ। ਵਾਦੀ ਸੰਵਾਦੀ ਜੋ ਹੈ ਸਾ ਅਤੇ ਮਾਂ, ਉਸ 'ਤੇ ਆਪਾਂ ਜ਼ਿਆਦਾ ਰੁਕਣਾ ਹੈ, ਵਾਦੀ 'ਤੇ ਜ਼ਿਆਦਾ, ਮਾਂ 'ਤੇ ਥੋੜ੍ਹਾ ਘੱਟ, ਬਾਕੀ ਸੁਰਾਂ 'ਤੇ ਬਰਾਬਰ ਰੁਕਣਾ ਹੈ। ਪਕੜ
ਇਹ ਬਸੰਤ ਰਾਗ ਦੇ ਅਰੋਹ ਅਵਰੋਹ ਤੇ ਪਕੜ ਤੁਸੀਂ ਦੇਖੇ ਹਨ। ਮੈਂ ਇਸਦਾ ਵਿਵਰਣ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ, ਉਸਨੂੰ ਤੁਸੀਂ ਓਪਨ ਕਰਕੇ ਦੇਖ ਸਕਦੇ ਹੋ। ਮੇਰੇ ਫੇਸਬੁੱਕ ਪੇਜ ਤੋਂ ਵੀ ਤੁਸੀਂ ਇਸਦਾ ਵਿਵਰਣ ਅਤੇ ਅੱਗੇ ਜਿਹੜੀ ਬੰਦਿਸ਼ ਕਰਾਈ ਜਾਵੇਗੀ ਉਹ ਬੰਦਿਸ਼ ਵੀ ਫੇਸਬੁੱਕ ਪੇਜ 'ਤੇ ਮੈਂ ਅਪਲੋਡ ਕਰ ਦੇਵਾਂਗਾ, ਤੁਸੀਂ ਉੱਥੇ ਤੋਂ ਇਸਦੀ ਨੋਟੇਸ਼ਨ ਨੂੰ ਡਾਊਨਲੋਡ ਕਰ ਲੈਣਾ ਹੈ। ਹੁਣ ਅਰੋਹ ਅਵਰੋਹ ਅਤੇ ਪਕੜ ਅਲਾਪ ਵਿੱਚ ਦੇਖੋ, ਸਰਗਮ ਨਹੀਂ ਬੋਲਣੀ ਹੈ, ਅਲਾਪ ਵਿੱਚ ਕਿਸ ਤਰ੍ਹਾਂ ਲਗਾਉਣਾ ਹੈ। ਬਸੰਤ ਰਾਗ ਦੇ ਅਰੋਹ ਅਵਰੋਹ ਅਤੇ ਪਕੜ ਹੈ, ਇਸਨੂੰ ਤੁਸੀਂ ਆਪਣੀ ਕਾਪੀ 'ਤੇ ਨੋਟ ਕਰ ਲੈਣਾ ਹੈ ਅਤੇ ਇਸ ਤਰ੍ਹਾਂ ਹੀ ਰਿਆਜ਼ ਕਰਨਾ ਹੈ। ਸਲੋ ਸਲੋ, ਜਲਦੀ ਜਲਦੀ ਤੇਜ਼ ਤੇਜ਼ ਰਿਆਜ਼ ਨਹੀਂ ਕਰਨਾ ਹੈ, ਸਲੋ ਸਲੋ ਰਿਆਜ਼ ਕਰਨਾ ਹੈ। ਜਿਹੜੀ ਅਰੋਹ ਅਵਰੋਹ ਅਤੇ ਪਕੜ ਹੁੰਦੇ ਹਨ ਉਸਨੂੰ ਬਿਨਾਂ ਤਾਲ ਤੋਂ ਗਾਇਨ ਕਰਨਾ ਹੁੰਦਾ ਹੈ, ਸਿਰਫ ਅਲਾਪ ਕਰਨਾ ਹੁੰਦਾ ਹੈ। ਜਿਹੜਾ ਇਹ ਅਲਾਪ ਕੀਤਾ ਹੈ, ਜਦੋਂ ਤੁਸੀਂ ਪਹਿਲਾਂ ਸਰਗਮ ਦਾ ਰਿਆਜ਼ ਕਰੋਗੇ, ਸਰਗਮ ਯਾਦ ਕਰ ਲਓਗੇ, ਉਸ 'ਤੇ ਤੁਹਾਡੀ ਆਵਾਜ਼ ਟਿਕ ਜਾਏਗੀ, ਫਿਰ ਤੁਸੀਂ ਅਲਾਪ 'ਤੇ ਆਉਣਾ ਹੈ ਜਿੱਦਾਂ ਮੈਂ ਕੀਤਾ ਹੈ ਹੁਣੀ। ਜਦੋਂ ਅਲਾਪ ਕਰ ਲਓਗੇ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਵੀ ਬੋਲ ਲਗਾ ਸਕਦੇ ਹੋ, ਜਿਵੇਂ ਕਿ ਵਾਹਿਗੁਰੂ ਲਗਾ ਸਕਦੇ ਹੋ। ਹੀ ਡੰਡੋਤ ਵੀ ਲਗਾ ਸਕਦੇ ਹੋ। ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ
ਗਰੀਬ ਨਿਵਾਦ। ਇਹ ਹੈ ਅਰੋ ਅਵਰੋ ਪਕੜ। ਰੋ ਰੋ ਦਿੱਤੇ ਸਰਗਮ ਵੀ ਬੋਲ ਕੇ ਦੱਸੀ ਗਿਆ ਹੈ, ਉਸ ਤੋਂ ਬਾਅਦ ਅਲਾਪ ਕਰਕੇ ਦੱਸਿਆ ਗਿਆ ਹੈ, ਉਸ ਤੋਂ ਬਾਅਦ ਉਹੀ ਸਵਰਾਂ 'ਤੇ ਵਾਹਿਗੁਰੂ ਗਾਇਨ ਕਰਕੇ ਦੱਸਿਆ ਗਿਆ ਹੈ, ਉਸ ਤੋਂ ਬਾਅਦ ਉਹੀ ਸਵਰਾਂ 'ਤੇ ਡੰਡੋਤ ਵੀ ਲਗਾ ਕੇ ਦੱਸੀ ਗਈ ਹੈ। ਆਪ ਜੀ ਨੇ ਇਸਦਾ ਰਿਆਜ਼ ਕਰਨਾ ਹੈ। ਨੈਕਸਟ ਵੀਡੀਓ ਵਿੱਚ ਆਪਾਂ ਅਸਥਾਈ ਦੀ ਸਰਗਮ ਕਰਾਂਗੇ, ਤੀਨ ਤਾਲ ਦੀ ਬੰਦਿਸ਼। ਇਸਦੀ ਆਪਾਂ ਸਰਗਮ ਕਰਾਂਗੇ ਯਾਦ ਨੋਟੇਸ਼ਨ ਦੀ। ਉਸਦਾ ਲਿੰਕ ਮੈਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਿੱਤਾ ਹੈ। ਨੈਕਸਟ ਲੈਸਨ ਲਈ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਮੈਂ ਲਿੰਕ ਦਿੱਤਾ ਹੈ ਉਸਨੂੰ ਓਪਨ ਕਰਕੇ ਨੈਕਸਟ ਲੈਸਨ 'ਤੇ ਜਾ ਸਕਦੇ ਹੋ ਜੀ। ਆਪ ਸਾਰਿਆਂ ਨੇ ਮੇਰੇ ਇਸ ਯੂਟਿਊਬ ਚੈਨਲ ਸਨਾਮ ਸਿੰਘ ਖਾਲਸਾ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਹੈ ਜਿਹੜੇ ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਰਾਗਾਂ ਵਿੱਚ ਅਤੇ ਰੀਤਾਂ ਵਿੱਚ। ਉਹਨਾਂ ਸਾਰਿਆਂ ਨਾਲ ਇਸ ਚੈਨਲ ਨੂੰ ਸ਼ੇਅਰ ਕਰਨਾ ਹੈ ਤਾਂ ਜੋ ਸਾਰੀ ਹੀ ਸੰਗਤ ਕੀਰਤਨ ਕਰ ਸਕੇ ਅਤੇ ਸਾਰੀ ਹੀ ਸੰਗਤ ਫ੍ਰੀ ਵਿੱਚ ਕੀਰਤਨ ਸਿੱਖ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।